ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸੁਰਠ ਮਹਲਾ ਨਵਾਂ, ਇਹ ਜਗ ਮੀਤ ਨਾ ਦੇਖਿਓ ਕੋਈ। ਸਗਲ ਜਗਤ ਆਪਣਾ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਆ, ਦੁਖ ਮੈਂ ਸੰਗ ਨਾ ਹੋਈ। ਰਹਾ ਦਾਰਾ ਮੀਤ ਪੂਤ ਸਨਬੰਦੀ, ਸਗਰੀ ਧਨ ਸਿਉਂ ਲਾਗੀ। ਜਬ ਹੀ ਨਿਰ ਧਨ ਦੇਖਿਓ ਨਰਕਾ, ਸੰਗ ਛਾੜ ਸਭ ਭਾਗੀ। ਕਹੋ ਕਹਾਂ ਯਾ ਮਨ ਬੌਰੀ ਕਾ, ਇਨ ਸਿਉਂ ਨੇਹੋਂ ਲਗਾਇਓ। ਦੀਨਾ ਨਾਥ ਸਗਲ ਭੈ ਪੰਜਾਨਾ, ਜਸ ਤਾਕੂ ਵਿਸਰਾਇਓ। ਸਵਾਨ ਪੂਛ ਜਿਉ ਭਇਓ ਨਾ ਸੁਦਾ, ਬਹੁਤ ਜਤਨ ਮੈਂ ਕੀਨਾ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰ ਲੀਨਾ। ਸਵਾਨ ਪੂਛ ਜਿਉ ਭਇਓ ਨਾ ਸੁਦਾ, ਬਹੁਤ ਜਤਨ ਮੈਂ ਕੀਨਾ, ਨਾਨਕ ਲਾਜ ਬਿਰਦ ਕੀ ਰਾਖਾ, ਨਾਮ ਤੁਹਾਰ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੱਜ ਦੇ ਹੁਕਮਨਾਮੇ ਦੇ ਅਰਥ ਇਸ ਤਰ੍ਹਾਂ ਹਨ। ਹੇ ਭਾਈ, ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ। ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਰਹਾਓ।
ਹੇ ਭਾਈ, ਇਸਤਰੀ, ਮਿੱਤਰ, ਪੁੱਤਰ, ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਸਾਰੇ ਨੱਸ ਜਾਂਦੇ ਹਨ। ਹੇ ਭਾਈ, ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ, ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ, ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਅਤੇ ਸਾਰੇ ਡਰ ਨਾਸ਼ ਕਰਨ ਵਾਲਾ ਹੈ, ਉਸ ਦੀ ਸਿਫਤ ਸਲਾਹ ਇਸ ਨੇ ਭੁਲਾਈ ਹੋਈ ਹੈ। ਹੇ ਭਾਈ, ਜਿਵੇਂ ਕੁੱਤੇ ਦੀ ਪੁੱਛਲ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹਟਦੀ ਨਹੀਂ, ਮੈਂ ਬਹੁਤ ਯਤਨ ਕੀਤਾ ਹੈ। ਹੇ ਨਾਨਕ, ਆਖ ਹੇ ਪ੍ਰਭੂ, ਆਪਣੇ ਮੁੱਢ ਕਦੀਮਾ ਦੇ ਪਿਆਰ ਵਾਲੇ ਸੁਭਾਅ ਦੀ ਲਾਜ ਰੱਖ, ਮੇਰੀ ਮਦਦ ਕਰ, ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।